કરી ਆ ਅੱਛਾ ਬੇਬੇ ਹੋਰ ਕੀ ਹਾਲ ਚਾਲ ਨੇ ਤੇਰੇ ਸਾਰੇ ਘਰ ਦੇ ਸਾਰੇ ਪਰਿਵਾਰ ਦੇ ਠੀਕ ਆ ਸਾਰੇ ਹਾਂ ਪੁੱਤ ਤੂੰ ਮੇਰੇ ਕੋਲ ਆ ਕੇ ਬਹਿ ਕਿਥੇ ਆ ਜਾ ਲੈ ਗਾਮ ਨਾਲ ਬੈਠ ਤੂੰ ਮੇਰੇ ਕੋਲ ਹੋਰ ਦੱਸ ਕੀ ਹਾਲ ਚਾਲ ਨੇ ਤੁਹਾਡੇ ਘਰ ਦੇ ਪਰਿਵਾਰ ਦੇ ਸਾਰੇ ਦੇ ਸਾਡੇ ਤਾਂ ਬੇਬੇ ਠੀਕ ਆ ਸਾਰੇ ਹੋਰ ਤੂੰ ਦੱਸ ਕੋਈ ਚੁਟਕਲੇ ਚੁਟਕਲੇ ਸੁਣਾ ਆਪਣੀਆਂ ਕਹਾਣੀਆਂ ਕਹੋਣੀਆਂ ਸੁਣਾ ਨਾ ਪੁੱਤ ਰਾਤ ਨੂੰ ਤਾਂ ਮੈਂ ਤਾਂ ਫਿਰ ਰੱਬ ਦਾ ਹੀ ਨਾਲੇ ਨਹੀਂ ਹੁੰਨੀ ਆ ਆਪਾਂ ਤਾਂ ਜੇ ਗੱਲ ਕਰਨੀ ਵੀ ਆ ਤਾਂ ਨਾ ਆਪਾਂ ਗੁਰੂਆਂ ਦੀ ਕਰਨੀ ਆ ਕੁਛ ਵੀ ਕਰ ਲੈ ਬੇਬੇ ਮੈਨੂੰ ਤਾਂ ਕੋਈ ਫਰਕ ਨਹੀਂਗਾ ਤੂੰ ਸੁਣਾ ਸਹੀ ਕੁਛ ਬਸ ਮੈਨੂੰ ਤਾਂ ਤੇਰੀ ਆਵਾਜ਼ ਸੁਣਨ ਨੂੰ ਮੈਂ ਤਰਸਣ ਪਈ ਆ ਚੱਲ ਫਿਰ ਪੁੱਤ ਲੈ ਰੱਬ ਦਾ ਨਾਮ ਬੋਲ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅੱਜ ਆਪਾਂ ਨਾਲ ਧੰਨ ਧੰਨ ਬਾਬਾ ਨਾਨਕ ਦੀ ਸਾਖੀ ਸੁਣਨੀ ਆ ਓਹੀ ਬਾਬਾ ਨਾਨਕ ਜਿਹੜਾ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਤੱਕ ਉਹਨੇ ਬਸ ਦੁਨੀਆ ਦਾ ਹੀ ਪਲਾ ਕੀਤਾ ਸਾਰਿਆਂ ਨੂੰ ਹੀ ਤਾਰਿਆ ਵਾ ਵਾ ਗੁਰੂ ਆਹ ਗੁਰੂ ਧੰਨ ਬਾਬਾ ਨਾਨਕ ਧੰਨ ਬਾਬਾ ਨਾਨਕ ਤਾਂ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਤੁਹਾਨੂੰ ਪਤਾ ਹੀ ਆ ਛੋਟੀ ਉਮਰ ਤੋਂ ਉਹਨਾਂ ਦੀ ਲਗਨ ਜਿਹੜੀ ਸੀ ਰੱਬ ਦੇ ਨਾਲ ਜੁੜੀ ਰਹਿੰਦੀ ਸੀ ਉਹਨਾਂ ਨੇ ਇੱਕ ਵਾਰੀ ਉਹਨਾਂ ਦੇ ਪਿਤਾ ਜੀ ਨੇ ਅੱਕ ਕੇ ਉਹਨਾਂ ਨੂੰ ਕਿਹਾ ਤੂੰ ਨਾ ਮੱਝਾਂ ਹੀ ਚਾਰ ਲਿਆ ਕਰ ਨਾ ਤੂੰ ਪੜ੍ਹਾਈ 'ਚ ਧਿਆਨ ਦਿਨਾ ਨਾ ਤੂੰ ਕੰਮਕਾਰ ਦੇ ਵਿੱਚ ਕਾ ਧਿਆਨ ਦਿਨਾ ਤੂੰ ਸਾਰੀ ਦਿਹਾੜੀ ਬਸ ਬਣਾ ਦੇ ਵਿੱਚ ਹੀ ਫਿਰਦਾ ਰਹਿਣਾ ਦੋਵੇਂ ਉਹ ਕਰ ਬਾਹਰ ਹੀ ਫਿਰਦਾ ਰਿਆ ਕਰ ਤੇ ਮੱਝਾਂ ਨੂੰ ਚਾਰ ਕੇ ਘਰੇ ਲਿਆਇਆ ਕਰ ਥੋੜਾ ਚਾਹਤਾ ਇਹ ਕੰਮ ਜਿਹੜਾ ਸੀਗਾ ਉਹਨਾਂ ਦਾ ਚੱਲਦਾ ਰਿਆ ਪਰ ਬਾਬਾ ਨਾਨਕ ਤੁਹਾਨੂੰ ਪਤਾ ਹੀ ਆ ਉੱਥੇ ਚੌਂਕੜੀ ਮਾਰ ਕੇ ਬਹਿ ਜਾਂਦੇ ਸੀ ਦਰਖਤ ਦੇ ਹੇਠਾਂ ਤੇ ਲਿਵ ਜੋੜ ਲੈਂਦੇ ਸੀ ਵਾਹਿਗੁਰੂ ਵਾਹਿਗੁਰੂ ਸਾਰਾ ਦਿਨ ਕਰਦੇ ਰਹਿੰਦੇ ਸੀ ਮੱਝਾਂ ਆਉਂਦੀਆਂ ਚੜਦੀਆਂ ਰਹਿੰਦੀਆਂ ਸੀ ਕਿਤੇ ਉਧਰ ਕਿਤੇ ਉਧਰ ਤੇ ਤੁਹਾਨੂੰ ਪਤਾ ਹੀ ਆ ਕੁਦਰਤ ਵੱਲੋਂ ਫਿਰ ਜਦੋਂ ਮੱਝਾਂ ਖੁੱਲੀਆਂ ਫਿਰਦੀਆਂ ਤਾਂ ਉਹ ਕਿਸੇ ਦੇ ਖੇਤਾਂ 'ਚ ਵੜ ਗਈਆਂ ਤਾਂ ਵੜ ਗਿਆ ਤਾਂ ਸਾਰਾ ਖੇਤ ਉਹਨਾਂ ਨੇ ਖੱਲ ਕੇ ਖਾ ਲਿਆ ਇੱਕ ਵੀ ਚੀਜ਼ ਨਹੀਂ ਰੱਖੀ ਤਾਂ ਜਦੋਂ ਉਹਨਾਂ ਨੇ ਖਾਧਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਸਾਰਾ ਉੱਥੋਂ ਦਾ ਜਿਹੜਾ ਜ਼ਿੰਮੇਦਾਰ ਸੀ ਉਹ ਆਇਆ ਉਹਨੇ ਕਿਹਾ ਦੇਖ ਨਾਨਕ ਆ ਦੇਖ ਤੂੰ ਕੀ ਕੀਤਾ ਮੇਰਾ ਸਾਰਾ ਖਰਾਬ ਕਰਤਾ ਖੇਤ ਫਿਰ ਉਹਨੇ ਰਾਏ ਬਲਾਰ ਨੂੰ ਜਾ ਕੇ ਸ਼ਿਕਾਇਤ ਲਾਈ ਸ਼ਿਕਾਇਤ ਲਾਉਣ ਤੋਂ ਬਾਅਦ ਉਹਨੇ ਰਾਏ ਬਲਾਰ ਨੇ ਫਿਰ ਉਹਦੇ ਪਿਤਾ ਜੀ ਨੂੰ ਸੱਦਿਆ ਮਹਿਤਾ ਕਾਲੂ ਜੀ ਨੂੰ ਇੱਦਾਂ ਵੱਡਾ ਪਵਾੜਾ ਪਿਆ ਉਹਨਾਂ ਨੇ ਜਦੋਂ ਜਾ ਕੇ ਵੇਖਿਆ ਸਾਰੇ ਖੇਤ ਨੂੰ ਵੀ ਉੱਜੜਿਆ ਵਿਆ ਕਿ ਨਹੀਂ ਤਾਂ ਖੇਤ ਹਰਿਆ ਭਰਿਆ ਅੱਗੇ ਨਾਲ ਉਹ ਵੀ ਵਧਿਆ ਫੁੱਲਿਆ ਵਿਆ ਸੋ ਇਹ ਸਾਖੀ ਦੇ ਵਿੱਚ ਤੁਹਾਨੂੰ ਆਪਾਂ ਨੂੰ ਪਤਾ ਲੱਗਦਾ ਵੀ ਦੇਖੋ ਬਾਬੇ ਨਾਨਕ ਨੇ ਰੱਬ ਦਾ ਆਸਰਾ ਲਿਆ ਸੀਗਾ ਉਵੇਂ ਹੀ ਰੱਬ ਨੇ ਉਹਦੇ ਵਾਸਤੇ ਮਦਦ ਕੀਤੀ ਬਾਬੇ ਨਾਨਕ ਦੀ ਜਿਵੇਂ ਸ਼ਬਦੋਂ ਦਾ ਜਾ ਕੋ ਮੁਸ਼ਕਲ ਆਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦਸਵਨਾ ਸਾਖ ਵੀ ਪੱਜ ਖਲੇ ਸਭੇ ਸਭੋ ਪੱਜੇ ਆਸਰਾ ਚੂ ਕੈਸਾ ਬਸਰਾਓ ਚਿਤ ਆਵੇ ਉਸ ਪਾਰ ਬ੍ਰਮ ਲੱਗੈ ਨਾ ਤਤੀ ਵਾਓ ਬੇਬੇ ਇਹ ਪੰਗਤੀ ਦਾ ਮਤਲਬ ਕੀ ਆ ਲੈ ਪੁੱਤ ਮੈਂ ਤੈਨੂੰ ਦੱਸਦੀ ਆ ਜਾ ਕੋ ਮੁਸ਼ਕਲ ਅਤ ਬਣੈ ਜਿਹਨੂੰ ਵੀ ਕੋਈ ਬਹੁਤ ਹੀ ਜਾਰੀ ਵੱਡੀ ਮੁਸ਼ਕਲ ਤਕਲੀਫ ਹੋਵੇ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋ ਇਹਨਾਂ ਦੇ ਕੋਈ ਵੀ ਉਹਦਾ ਸਾਥ ਨਹੀਂ ਦਿੰਦਾ ਜਿਵੇਂ ਹੁਣ ਬਾਬਾ ਨਾਨਕ ਵੇਖੋ ਉਹਨਾਂ ਨੇ ਰੱਬ ਦਾ ਨਾਮ ਜਪਿਆ ਨਾ ਉਹਨਾਂ ਦੇ ਪਿਤਾ ਜੀ ਮੰਨਦੇ ਸੀ ਨਾ ਉਹ ਜਿਹੜਾ ਉਹਦਾ ਜ਼ਿੰਮੇਦਾਰ ਸੀ ਤੇ ਪਿੰਡ ਦੇ ਲੋਕ ਸੀ ਟਿਚਰਾ ਕਰਦੇ ਸੀ ਤੇ ਢੋਈ ਕੋਈ ਨਾ ਦੇ ਉਹਨਾਂ ਨੂੰ ਜਦੋਂ ਮੱਝਾਂ ਨੇ ਸਾਰਿਆਂ ਨੇ ਜ਼ਮੀਨ ਦਾ ਜਿਹੜੀ ਫਸਲ ਖਾ ਲਈ ਤਾਂ ਕੋਈ ਢੋਈ ਨਹੀਂ ਸੀ ਉਹਨਾਂ ਦੇ ਪਿਤਾ ਜੀ ਨੂੰ ਵੀ ਗੁੱਸਾ ਚੜ ਗਿਆ ਰਾਏ ਬਲਾਰ ਉਹਦਾ ਰਾਜਾ ਵੀ ਸੀ ਉਹਨਾਂ ਦੇ ਖਿਲਾਫ ਹੋ ਗਿਆ ਜੋ ਕਿਸੇ ਨੇ ਨਹੀਂ ਸਾਥ ਦਿੱਤਾ ਤਾਂ ਚਿਤਿਆਵੈ ਉਸ ਪਾਰ ਬ੍ਰह्म ਤਲ ਲੱਗੈ ਨਾ ਤੱਤੀ ਵਾਓ ਉਹਨਾਂ ਨੇ ਰੱਬ ਦਾ ਨਾਮ ਜਪਿਆ ਸੀ ਰੱਬ ਉਹਨਾਂ ਨੂੰ ਚੇਤੇ ਆਇਆ ਸੀ ਇਸ ਕਰਕੇ ਰੱਬ ਨੇ ਫਿਰ ਲਾਜ ਰੱਖੀ ਇਸ ਕਰਕੇ ਪੁੱਤਰ ਜੀ ਜਦੋਂ ਵੀ ਕੋਈ ਕੰਮ ਕਰਨਾ ਰੱਬ ਦਾ ਆਸਰਾ ਲੈ ਕੇ ਕਰਨਾ ਚਾਹੀਦਾ ਬਾਬੇ ਨਾਨਕ ਦਾ ਆਪਦਾ ਜੀਵਨ ਆਪਾਂ ਨੂੰ ਸਾਰਾ ਕੁਝ ਇਹ ਦੱਸਦਾ ਆ ਇਸ ਕਰਕੇ ਮੈਂ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੋ ਉੱਠਣ ਤੋਂ ਪਹਿਲਾਂ ਧੰਨ ਬਾਬਾ ਨਾਨਕ ਤੇ ਵਾਹਿਗੁਰੂ ਦਾ ਨਾਮ ਲੈ ਕੇ ਫਿਰ ਕੋਈ ਕੰਮ ਸ਼ੁਰੂ ਕਰਦੀ ਆਂ ਆਈ ਆ ਪਾ ਤਰਨਾ ਹੋਰ ਕੋਈ ਤਾ ਤਰੀਕ ਹੈ ਨਹੀਂ ਤੁਹਾਨੂੰ ਪਤਾ ਹੀ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਤਾਰ ਰੱਬ ਦੀ ਕਿਰਪਾ ਦੇ ਨਾਲ ਹੀ ਇਹ ਸਾਰੇ ਆਪਣਾ ਆਪਾਂ ਸਾਰਿਆਂ ਨੇ ਤਰਨਾ ਹੈ ਸੋ ਤੁਹਾਨੂੰ ਪਤਾ ਹੀ ਆ ਪੁੱਤਰੋ ਜੀ ਇਹ ਜਿਹੜੀ ਸਾਖੀ ਆ ਕਿੱਥੋਂ ਵੀ ਆਪਾਂ ਲੱਭ ਸਕਦੇ ਆ ਜਾਂ ਤਾਂ ਆਪਾਂ ਭਾਈ ਵੀਰ ਸਿੰਘ ਜੀ ਨੇ ਆਪਦੀ ਕਿਤਾਬ ਦੇ ਵਿੱਚ ਲਿਖੀ ਆ ਜਾਂ ਸੂਰਜ ਪ੍ਰਕਾਸ਼ ਦੇ ਵਿੱਚ ਲੱਭ ਜਾਂਦੀ ਆ ਮੈਂ ਜਦੋਂ ਪੜ੍ਹੀ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ ਬਈ ਧੰਨ ਬਾਬਾ ਨਾਨਕ ਇੰਨਾ ਚੰਗਾ ਜਿਨੇ ਆਪਣੇ ਵਰਗੇ ਮੂਰਖਾਂ ਵਾਸਤੇ ਸਾਰਾ ਕੁਝ ਕਰਕੇ ਦਿਖਾਇਆ ਹਣ ਪਤ ਇਹੀ ਤਾਂ ਮੈਂ ਤੁਹਾਨੂੰ ਕਹਿਣੀ ਰਹੀ ਆ ਵੀ ਰੱਬ ਦੇ ਨਾਲ ਜੁੜਿਆ ਕਰੋ ਹਨਾ ਐਵੇਂ ਇਧਰ ਉਧਰ ਦੀਆਂ ਗੱਲਾਂ ਮਾਰਨ ਦਾ ਕੋਈ ਫਾਇਦਾ ਨਹੀਂ ਆ ਬੇਬੇ ਗੱਲ ਤੁਹਾਡੀ ਸਹੀ ਆ ਅਸੀਂ ਇਧਰ ਉਧਰ ਦੀਆਂ ਗੱਲਾਂ ਤਾਂ ਬਹੁਤ ਮਾਰ ਲਈਆਂ ਪਰ ਇਹ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣ ਕੇ ਨਾ ਮਨ ਦੇ ਵਿੱਚ ਠੰਡ ਪੈ ਗਈ ਹੁਣ ਤੁਹਾਡੇ ਤੁਹਾਡੀ ਗੱਲ ਮੰਨ ਕੇ ਮੈਂ ਵੀ ਘਰੇ ਜਾ ਕੇ ਨਾ ਹੁਣ ਵਾਹਿਗੁਰੂ ਦਾ ਨਾਮ ਲੈ ਕੇ ਸੌਂ ਜਾਣਾ ਕੱਲ ਨੂੰ ਤੜਕੇ ਉੱਠ ਕੇ ਮੈਂ ਵੀ ਵਾਹਿਗੁਰੂ ਦਾ ਨਾਮ ਜਪੂਗੀ ਤੁਹਾਡਾ ਬਹੁਤ ਧੰਨਵਾਦ ਆ ਚੱਲ ਪਤ ਫਿਰ ਅਸੀਸਾਂ ਲੈ ਕੇ ਤਾਂ ਤੂੰ ਜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ